PSEB ਇੰਪਲਾਈਜ਼ ਯੂਨੀਅਨ ਵੱਲੋਂ ਅੱਜ ਹਜ਼ਾਰਾਂ ਦੀ ਤਦਾਦ ਵਿੱਚ ਇਕੱਠੇ ਹੋ ਕੇ ਮੁੱਖ ਦਫ਼ਤਰ ਦੇ ਬਾਹਰ ਸਰਕਾਰ ਅਤੇ ਨਿਗਮ ਦੇ ਖਿਲਾਫ਼ ਆਪਣੀਆਂ ਚੱਲੀ ਆ ਰਹੀਆਂ ਮੰਗਾਂ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਜਲਦ ਮੰਗਾਂ ਨੂੰ ਪੂਰਾ ਕੀਤਾ ਜਾਵੇ। ਧਰਨਾਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪੇ ਬੈਂਡ ਅਤੇ ਗ੍ਰੇਡ ਲਾਗੂ ਕੀਤੇ ਹੋਏ ਹਨ, ਲੇਕਿਨ ਕਈ ਮੁਲਾਜ਼ਮਾਂ ਨੂੰ ਇਹ ਪੇ ਬੈਂਡ ਅਤੇ ਗ੍ਰੇਡ ਨਹੀਂ ਮਿਲਦੇ। ਇਸ ਮੌਕੇ ਉਨ੍ਹਾਂ ਤਿੰਨ ਧਿਰੀ ਸਮਝੌਤਾ ਲਾਗੂ ਕਰਨ ਦੀ ਵੀ ਮੰਗ ਕੀਤੀ। ਅੱਜ ਅਸੀਂ ਪੰਜਾਬ ਦੇ ਕੋਨੇ ਕੋਨੇ ਤੋਂ ਪੰਜਾਬ ਪਾਵਰ ਕਾਰਪੋਰੇਸ਼ਨ ਔਰ ਪੰਜਾਬ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਖਿਲਾਫ਼ ਹਜ਼ਾਰਾਂ ਬਿਜਲੀ ਮੁਲਾਜ਼ਮ ਧਰਨਾ ਦੇਣ ਆਏ ਹਾਂ। ਔਰ ਅੱਜ ਸਾਡੀਆਂ ਜਿਹੜੀਆਂ ਪ੍ਰਮੁੱਖ ਮੰਗਾਂ ਨੇ, ਉਹਨਾਂ ਸਭ ਤੋਂ ਪਹਿਲੀ ਮੰਗ ਹੈ ਵੀ ਜੋ ਸਾਡੇ ਨਾਲ ਸਰਕਾਰ ਔਰ ਪਾਵਰ ਕਾਮ ਨੇ ਸਾਡੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੇ ਔਰ ਸਾਡੇ ਨਾਲ ਤਿੰਨ ਧਿਰੀ ਸਮਝੌਤਾ ਕੀਤਾ, ਉਹ ਸਮਝੌਤਾ ਲਾਗੂ ਕੀਤਾ ਜਾਵੇ ਔਰ ਸਾਨੂੰ ਜਿਹੜਾ ਤਨਖਾਹ ਸਕੇਲ ਹੈ, ਪੇ ਬੈਂਡ ਹੈ, ਉਹ ਇੱਕ ਵਾਰਾ 2011 ਤੋਂ ਦਿੱਤਾ ਜਾਵੇ। ਉਹਦੇ ਨਾਲ ਇਹ ਦੂਜੀਆਂ ਮੰਗਾਂ ਜਿਹੜੀਆਂ ਨੇ ਸਾਡੀਆਂ, ਵਰਕ ਚਾਰਜ ਕਾਮੇ ਪੱਕੇ ਕੀਤੇ ਜਾਣ, ਕੰਟਰੈਕਟ 'ਤੇ ਰੱਖੇ ਕਾਮੇ ਪੱਕੇ ਕੀਤੇ ਜਾਣ ਔਰ ਪਾਰਟ ਟਾਈਮ ਸਵੀਪਰ ਨੇ ਜਿਹੜੇ ਉਹਨਾਂ ਨੂੰ ਪੱਕਾ ਕੀਤਾ ਜਾਵੇ। ਔਰ ਪਾਰਟ ਟਾਈਮ ਸਵੀਪਰਾਂ ਨੂੰ ਤਾਂ ਇੱਥੋਂ ਦੇ ਠੇਕੇਦਾਰਾਂ ਕੋਲ ਦਿੱਤਾ ਜਾ ਰਿਹਾ, ਉਹਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ ਔਰ ਨਾਲ ਹੀ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੇ ਪੰਜਾਬ ਦੇ ਜਿਹੜੇ ਸਮੁੱਚੇ ਮੁਲਾਜ਼ਮ ਨੇ ਉਹਨਾਂ ਦੀਆਂ ਤਰੱਕੀਆਂ ਕੀਤੀਆਂ ਜਾਣ, ਵਰਕ ਚਾਰਜ ਕਾਮੇ ਨੇ ALM ਬਣਾਇਆ ਜਾਵੇ ਔਰ ਇਸ ਦੇ ਨਾਲ ਹੀ ਜੋ ਪ੍ਰਮੋਸ਼ਨਾਂ ਨੇ ਉਹ ਵੀ ਮੁਲਾਜ਼ਮਾਂ ਦੀਆਂ ਕੀਤੀਆਂ ਜਾਣ, ਕਿਉਂਕਿ ਜਿਹੜੀ ਪਾਵਰਕੌਮ ਦੀ ਮੈਨੇਜਮੈਂਟ ਔਰ ਟਰਾਂਸਕੋ ਹੈ, ਇਹ ਲਗਾਤਾਰ ਸਾਡੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਔਰ ਇਸ ਦੇ ਨਾਲ ਹੀ ਟਰਾਂਸਕੋ ਤਾਂ ਇੱਥੋਂ ਤੱਕ ਆ ਗਈ ਕਿ ਤਿੰਨ ਧਿਰੀ ਸਮਝੌਤੇ ਨੂੰ ਤੋੜ ਕੇ ਉਹਨੇ ਕਈ ਸਬ ਡਿਵੀਜ਼ਨਾਂ 250-250 ਕਿਲੋਮੀਟਰ 'ਤੇ ਨੇ ਜਿਹੜੀਆਂ ਉਹ ਟਰਾਂਸਫਰ ਕਰਤੀਆਂ, ਸੈਂਕੜੇ ਮੁਲਾਜ਼ਮ ਸਾਡੇ 250-300 ਕਿਲੋਮੀਟਰ 'ਤੇ ਨੇ ਜਿਹੜੇ ਉਹ ਬਾਦਲ 'ਤੇ। ਪਟਿਆਲਾ ਤੋਂ ਅਜਾ TV ਨਿਊਜ਼ ਲਈ ਬਲਜੀਤ ਸਰਨਾ ਦੇ ਨਾਲ ਵਰਿੰਦਰ ਸੈਣੀ ਦੀ ਰਿਪੋਰਟ।